ਅਤੇ ਪੰਜਾਬੀ ਲਿਖਾਰੀ ਸਭਾ ਦੇ ਹਾਜ਼ਰ ਮੈਂਬਰਾਂ ਅੱਜ ਮਨਜੀਤ ਕੌਰ ਨੂੰ ਵਧਾਈ ਦੇਣ ਦਾ ਸਮਾਂ ਆਇਆ ਹੈ। ਉਸ ਦੀ ਮਿਹਨਤ ਨੂੰ ਫਲ ਲੱਗਾ ਹੈ ਜੋ ਉਸਨੇ ਇਹ ਕਿਤਾਬ ਛਪਾਈ ਹੈ। ਜੇਕਰ ਕਿਤੇ ਉਹ ਕਿਤਾਬ ਪਹਿਲਾਂ ਪਹੁੰਚਾ ਦਿੰਦੀ ਤਾਂ ਮੈਂ ਇਸ 'ਤੇ ਜ਼ਰੂਰ ਕਮੈਂਟਰੀ ਵੀ ਬੋਲਦਾ ਕਿ ਇਹਨੇ ਕੀ ਲਿਖਿਆ, ਕਿਸ ਤਰ੍ਹਾਂ, ਕੁਛ ਤਾਰੀਫ ਕਰਦਾ, ਕੁਛ ਨੁਕਤਾਚੀਨੀ ਕਰਦਾ। ਪਰ ਕਿਤਾਬ ਉਹਨੂੰ ਪਹੁੰਚਾਈ ਨਹੀਂ ਤਾਂ ਹੁਣ ਕੀ ਬੋਲੀਏ। ਅਤੇ ਹੁਣ ਫਿਰ ਸੇ ਅਗਲੀ ਮੀਟਿੰਗ 'ਤੇ ਜ਼ਰੂਰ ਦੱਸਾਂਗੇ ਕਿਸ ਤਰ੍ਹਾਂ। ਜਿੱਦਾਂ ਆਦਮਪੁਰੀ ਸਾਹਿਬ ਨੇ ਜਦੋਂ ਕਿਤਾਬ ਲਿਖੀ ਮੈਨੂੰ 15-20 ਦਿਨ ਪਹਿਲਾਂ ਮਿਲ ਗਈ ਸੀ ਤਾਂ ਉਹਦੀ ਇਕੱਲੀ ਇਕੱਲੀ ਕਵਿਤਾ ਅੱਖਰ ਅੱਖਰ ਪੜ੍ਹ ਕੇ ਮੈਂ ਉਹਦਾ ਸਮੀਖਿਆ ਕੀਤੀ ਸੀ। ਅਤੇ ਦੋਸਤੋ, ਤੁਸੀਂ ਸਾਰੇ ਜਾਣਦੇ ਮੈਂ ਤਾਂ ਵਾਰਤਾ ਹੀ ਲਿਖਦਾ, ਕਵਿਤਾ ਨਹੀਂ ਲਿਖਦਾ। ਅਤੇ ਵਾਰਤਾ ਇੱਥੇ ਬੋਲਣੀ ਹੋਵੇ ਤਾਂ ਮੇਰੇ ਕੋਲ ਅੱਧਾ ਘੰਟਾ ਲੱਗ ਜਾਂਦਾ, ਉਹਨੇ ਚਿਰ 10 ਕਵੀ ਆਪਣੀ ਕਵਿਤਾ ਬੋਲ ਜਾਂਦੇ। ਮੇਰੀ ਵਾਰਤਾ ਵੀ ਤੁਹਾਡੇ 15-20 ਕਵਿਤਾਵਾਂ ਜਿੰਨੀ ਹੁੰਦੀ, ਇੱਕ ਜਿਹੜੀ ਵੀ ਲਿਖੀ ਹੁੰਦੀ। ਸੋ ਅੱਜ ਮੇਰੇ ਹੱਥ ਆਪਣੇ ਕੋਲ ਪਹਿਲਾਂ ਮੇਰੀ ਕਿਤਾਬ ਪਈ ਸੀ, ਨੰਦ ਲਾਲ ਨੂਰਪੁਰੀ ਦੀਆਂ ਕਵਿਤਾਵਾਂ। ਉਹ ਤੁਹਾਨੂੰ ਜਿਹੜੇ ਨਵੇਂ ਮੁੰਡੇ ਆ ਉਹਨਾਂ ਨੂੰ ਨਹੀਂ ਪਤਾ ਵੀ ਉਹ ਕਿੱਡਾ ਬੜਾ ਮਹਾਨ ਸ਼ਖਸੀਅਤ ਸੀ, ਕਵੀ ਸੀਗਾ। ਬਹੁਤੀਆਂ ਉਹਦੀਆਂ ਕਵਿਤਾਵਾਂ ਪਾਰਟੀਸ਼ਨ ਤੋਂ ਪਹਿਲਾਂ 1947 ਤੋਂ ਉਸ ਤੋਂ ਬਾਅਦ ਵੀ ਛਪਦੀਆਂ ਰਹੀਆਂ। ਉਹ ਬੜੀ ਮੰਦਹਾਲੀ ਵਿੱਚ ਮਾਡਲ ਹਾਊਸ ਜਲੰਧਰ ਰਹਿੰਦਾ ਸੀ। ਪਹਿਲਾਂ ਪੁਲਿਸ ਵਿੱਚ ਹੌਲਦਾਰ ਸੀਗਾ ਲਾਹੌਰ ਵਿੱਚ। ਉੱਥੋਂ ਫਿਲਮਾਂ ਵਾਲਿਆਂ ਨੇ ਉਹਨੂੰ ਪਤਾ ਕੇ ਲੈ ਗਏ ਵੀ ਆ ਗਿਆ, ਛੱਡ ਪਰੇ ਨੌਕਰੀ ਤੋਂ ਪੁਲਿਸ ਦੀ। ਅਤੇ ਉਹਨੂੰ 2-4 ਗੀਤ ਲਿਖੇ ਮੰਗਤੀ ਫਿਲਮ ਜਾਂ ਹੋਰ ਫਿਲਮਾਂ ਦੇ ਵਿੱਚ ਰੇਡੀਓ 'ਤੇ ਲਿਖੇ। ਰੇਡੀਓ ਵਾਲਿਆਂ ਨੇ ਵੀ ਐਵੇਂ 100 ਰੁਪਈਆ ਦੇ ਦੇਣਾ ਇੱਕ ਗੀਤ ਦਾ ਤਾਂ ਕਿ ਰੇਡੀਓ 'ਤੇ ਗੀਤ ਪਵਾ ਦੇਣਾ। ਅਤੇ ਉਹਦੇ ਬੱਚਿਆਂ ਲਈ ਉਹਦੇ ਕੋਲ ਰੋਟੀ ਵੀ ਨਾ ਰਹੀ, ਰੋਟੀ ਬੱਚਿਆਂ ਤੋਂ ਦੇਣਾ ਹੋਵੇ। ਇੰਨੀ ਤੰਗ ਹਾਲੀ ਵਿੱਚ ਉਹਨਾਂ ਖੂਹ ਚਾਲ ਮਾਰ ਕੇ ਡੁੱਬ ਕੇ ਮਰ ਗਏ ਸੀ ਸਨ 1966 'ਚ ਜਲੰਧਰ, ਉਹ ਨੰਦ ਲਾਲ ਨੂਰਪੁਰੀ। ਇਹ ਉਹਦੀ ਹਾਲਤ ਸੀ। ਲੇਕਿਨ ਜੇ ਤੁਸੀਂ ਉਹਦੇ ਗੀਤ ਸੁਣੋ ਨਾ ਜੋ ਉਹਨੇ ਲਿਖੇ ਆ, ਤਾਂ ਕਮਾਲ ਦੀ ਗੱਲ ਹੈ। ਤੁਸੀਂ ਬਹੁਤੇ ਰੇਡੀਓ 'ਤੇ ਸੁਣੇ ਹੋਣੇ ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਇਹ ਸਭ ਉਹਦੇ ਲਿਖੇ ਹੋਏ। ਨੂਰਪੁਰੀ, ਇਹ ਨੂਰਪੁਰੀ ਇੱਧਰਲਾ ਪਿੰਡ, ਨੂਰਪੁਰੀ ਤਾਂ ਨੂਰਪੁਰ ਨਾਂ ਦੇ ਪਿੰਡ ਪੰਜਾਬ ਦੀ ਹਰ ਤਹਿਸੀਲ 'ਚ ਇੱਕ ਇੱਕ ਦੋ ਦੋ ਹੈਗੇ ਆ ਬਹੁਤਿਆਂ ਦਾ। ਤਾਂ ਮੈਂ ਦੇਖਿਆ ਨਾ ਗੜ ਸ਼ੰਕਰ 2 ਨੂਰਪੁਰ ਆ, ਇੱਧਰ ਹੁਸ਼ਿਆਰਪੁਰ ਦੇ ਲਾਗੇ ਨੂਰਪੁਰ ਆ, ਲੁਧਿਆਣੇ 'ਚ ਵੀ ਨੂਰਪੁਰ ਆ, ਨੂਰਪੁਰ ਬੇਟ। ਸੋ ਇਹ ਬਾਹਰ ਵਿੱਚ ਪਾਕਿਸਤਾਨ ਦੇ ਇਲਾਕੇ ਵਿੱਚ ਨੂਰਪੁਰ ਸੀਗਾ ਜਿੱਥੇ ਦਾ ਇਹ ਨੰਦ ਲਾਲ ਨੂਰਪੁਰੀ ਰਹਿਣ ਵਾਲਾ ਸੀ, ਤਾਂ ਉਹ ਆਪਣੇ ਪਿੰਡ ਦੇ ਨਾਂ 'ਤੇ ਨੂਰਪੁਰੀ ਲਿਖਦਾ ਸੀ ਆਪਣੇ ਆਪ ਨੂੰ। ਉਹਦੀ ਇੱਕ ਬੜਾ ਮਸ਼ਹੂਰ ਗੀਤ ਸੀਗਾ, ਬਹੁਤ ਗੀਤ ਲੰਬਾ, ਮੈਂ 2 ਮਿੰਟ ਦੇ ਵਿੱਚ ਥੋੜ੍ਹਾ ਜਿਹਾ ਬੋਲ ਦਿੰਦਾ ਤੁਹਾਨੂੰ। ਇੱਥੋਂ ਉੱਡ ਜਾ ਭੋਲਿਆ ਪੰਛੀਆ, ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਥਾਈਆਂ ਗੱਡੀਆਂ, ਵੇ ਤੂੰ ਛੁਰੀਆਂ ਹੇਠ ਨਾ ਆ, ਇੱਥੇ ਡਾਕੇ ਪੈਣ ਦੁਪਹਿਰ ਨੂੰ, ਤੇਰੇ ਆਲਣੇ ਦੇਣਗੇ ਢਾਲ, ਇੱਥੇ ਜ਼ਹਿਰ ਭਰੇ ਵਿੱਚ ਦਾਣਿਆਂ, ਤੇਰੀ ਦਿੱਤੀ ਚੋਗ ਖਿੰਡਾ, ਇੱਥੇ ਚੂੜੇ ਵਾਲੀਆਂ ਰੋਂਦੀਆਂ, ਗਲ ਵਿੱਚ ਜ਼ੁਲਫਾਂ ਪਾ, ਇੱਥੇ ਗਾਨੇ ਬੰਨ ਪਛਤਾਈਆਂ, ਕੋਈ ਮੰਨੇ ਨਾ ਲੱਥੜੇ, ਕੋਈ ਮਨੋ ਨਾ ਲੱਥੜੇ ਚਾ, ਇੱਥੇ ਛੈਲਾਂ ਫਾਹੇ ਖਾਂਦੀਆਂ, ਗਜ ਗਜ ਵਾਲ ਵਧਾ, ਇੱਥੇ ਡੁੱਬ ਡੁੱਬ ਮੋਈਆਂ ਸੋਹਣੀਆਂ, ਇੱਥੇ ਲਹੂ ਭਰੇ ਦਰਿਆ, ਇੱਥੇ ਕਵਰੀ ਸੁੱਤੇ ਸੂਰਮੇ, ਅੱਜ ਮਾਵਾਂ ਨੂੰ ਤਰਫਾ, ਇੱਥੇ ਵੱਡਿਆਂ ਖੰਭਾਂ ਵਾਲੀਆਂ, ਅੱਜ ਤੁਰੀਆਂ ਖੰਭ ਖੁਹਾ, ਇੱਥੇ ਬੰਦੇ ਖਾਣੇ ਆਦਮੀ, ਇੱਥੇ ਭੈਣਾਂ ਮਾਰ ਭਰਾ, ਇੱਥੇ ਕਲੀਆਂ ਵਰਗੀਆਂ ਸੂਰਤਾਂ, ਅੱਜ ਦਿੱਤੀਆਂ ਸਾੜ ਖਪਾ, ਉਹ ਤੂੰ ਸੁੱਤੇ ਫਨੀਅਰ ਛੇੜਨਾ ਜਾਂ ਵੱਖਰੀ ਬੀਨ ਵਜਾ, ਇੱਥੇ ਭਾਈ ਭਾਈਆਂ ਨੂੰ ਮਾਰ ਦੇ, ਭੈਣਾਂ ਦੇ ਘਰ ਜਾ, ਇੱਥੇ ਜੀਵ ਕਟਾ ਕੇ ਜਾਏਗਾ, ਇੱਥੇ ਗੀਤ ਨਾ ਮਿੱਠੜੇ ਗਾ, ਇੱਥੇ ਗਊਆਂ ਛੁਰੀਆਂ ਖਾਂਦੀਆਂ, ਇਹਨੀ ਜੰਗਲੀ ਹੈ ਨੀ ਘਾ, ਇੱਥੇ ਹੱਸਦੇ ਫੁੱਲ ਗੁਲਾਬ ਦੇ, ਵੈਰੀ ਸੁੱਕਣੇ ਦਿੰਦੇ ਨੀ ਪਾ, ਇੱਥੇ ਹੱਸਣਾ ਮੌਤ ਨਿਸ਼ਾਨੀਆਂ, ਇੱਥੇ ਡਰ ਕੇ ਝੱਟ ਲੰਘਾ, ਇੱਥੇ ਵੈਣ ਨੇ ਪਾਉਂਦੀਆਂ ਬੁਲਬੁਲਾਂ, ਅੱਜ ਵੱਗ ਗਈ ਕੋਈ ਹਵਾ, ਇੱਥੇ ਘੋੜੀ ਕਿਸੇ ਨਹੀਂ ਚਾੜਨਾ, ਤੈਨੂੰ ਰੰਗਲੀ ਮਹਿੰਦੀ ਲਾ, ਤੈਨੂੰ ਰੋਣਾ ਕਿਸੇ ਨਹੀਂ ਰੱਜ ਕੇ, ਕਿਸੇ ਭੈਣ ਨਹੀਂ ਮਾਰਨੀ ਤਾ, ਇੱਥੇ ਰੰਨਾ ਚੈਂਚਲ ਹਾਰੀਆਂ, ਅਤੇ ਬੰਦੇ ਕਹਿਰ ਖੁਦਾ, ਇੱਥੇ ਲੋਹੇ ਸੋਨੇ ਕੱਚ ਦਾ, ਬੀਬਾ ਇੱਕ ਬਜਾਰੀ ਪਾ, ਤੇਰੀ ਕੱਲੀ ਜਾਨ ਵੇ ਪਾਉਂਦੀ ਆ, ਇੱਥੇ ਨਾ ਕੋਈ ਭੈਣ ਭਰਾ, ਉਹ ਤੂੰ ਨੂਰਪੁਰੀ ਪਛਤਾਏਗਾ, ਇੱਥੋਂ ਮੁੜ ਵਤਨਾਂ ਨੂੰ ਜਾ। ਇਹ ਦੇਖੋ ਉਹਦੀ ਦੇਣ ਹੈ, ਜਿਹੜੀ ਗੀਤਾਂ ਦੀ ਤਾਂ ਬਹੁਤ ਜ਼ਿਆਦਾ।
समा ना होंदे हुए मैं इन्ना की कहना चाहना मनजीत कौर ने एक बार फिर बहुत बहुत बधाई परमात्मा ओहदी मेहनत नू फल लियावे ते अगे तो होर इन्हां दी कलम नू दिमाग नू होर ताकत बख्शे। वाहिगुरु जी का खालसा वाहिगुरु जी की फतेह।